ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਪ੍ਰੀਤ ਕੌਰ, ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ, ਉਹ ਆਪਾਂ ਬਣਾਵਾਂਗੇ ਸੂਜੀ ਦੇ ਲੱਡੂ। ਬਹੁਤ ਆਸਾਨ ਤਰੀਕੇ ਨਾਲ ਬਣਾਵਾਂਗੇ, ਜੀ। ਘੱਟ ਖਰਚੇ ਨਾਲ, ਬਿਲਕੁਲ ਘੱਟ ਘਿਓ ਲੱਗਦਾ ਤੇ ਬਹੁਤ ਸੇਤੀ ਬਣਦੇ ਨੇਗੇ। ਆਹ ਦੋ ਕੌਲੀਆਂ ਇਹਦੇ ਨਾਲ ਦੀਆਂ ਲਿੱਤੀਆਂ ਨੇ ਆਪਾਂ ਸੂਜੀ ਦੀਆਂ। ਇੱਕ ਕੌਲੀ ਲੈਤੀ ਆ ਖੰਡ ਦੀ, ਤੇ ਕਾਜੂ ਬਦਾਮ ਮਗਜ, ਉਬਾਲਿਆ ਹੋਇਆ ਦੁੱਧ ਠੰਡਾ, ਤੇ ਆਹ ਘਿਓ। ਘਿਓ ਇੰਨਾ ਨਹੀਂ ਲੱਗਦਾ ਜੀ, ਘਿਓ ਲੱਗਣਗੇ ਦੋ ਤਿੰਨ ਕੁ ਚਮਚੀ ਲੱਗਣਗੇ ਘਿਓ ਦੇ, ਕਿਉਂਕਿ ਅਸੀਂ ਬਰਤਨ ਵਾਸਤੇ ਗੜਬੀ 'ਚ ਰੱਖ ਲੈਣੇ, ਬਾਹਲੀ ਵੱਡੀ ਟੀਪੀ ਉਹ ਚੱਕਣ ਕਰਨੀ ਔਖੀ ਹੈ। ਚਲੋ ਜੀ, ਆਪਾਂ ਕਰਦੇ ਹਾਂ ਤਿਆਰੀ। ਆਪਾਂ ਨੇ ਇਹਦੇ ਨਾਲ ਪੋਲੇ ਪੋਲੇ ਹੱਥਾਂ ਨਾਲ ਦੁੱਧ ਨਾਲ ਆਪਾਂ ਆਟਾ ਥੋੜ੍ਹਾ ਥੋੜ੍ਹਾ ਦੁੱਧ ਪਾ ਕੇ ਤਿਆਰ ਕਰਨਾ ਹੈ। ਜ਼ਿਆਦਾ ਨਹੀਂ ਆ ਕਰਨਾ ਹੈ ਪੋਲੇ। ਜ਼ਿਆਦਾ ਨਹੀਂ ਗੁੰਨਣਾ, ਬਹੁਤ ਆਸਾਨ ਤਰੀਕੇ ਨਾਲ ਬਣਦੇ ਨੇ ਜੀ ਸੂਜੀ ਦੇ ਲੱਡੂ। ਅਤੇ ਜਦੋਂ ਵੀ ਮਨ ਕਰੇ ਮਿੱਠੇ ਨੂੰ ਬਣਾਓ, ਬਹੁਤ ਜੀ ਵੀ ਕਰਦਾ ਜੀ ਮਿੱਠਾ ਖਾਣ ਨੂੰ। ਆਪਾਂ ਪਲੀਜ਼, ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਜੀ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਮੇਰੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ। ਜਿਹੜੀਆਂ ਹੁਣ ਮੱਖੀਆਂ ਨੇ ਨਾ ਬਹੁਤ ਤੰਗ ਕਰਦੀਆਂ ਨੇ ਆਪਾਂ ਨੂੰ, ਅਤੇ ਸਾਰੀ ਗਰਮੀ ਬਹੁਤ ਤੰਗ ਕਰਨਗੀਆਂ। ਅਤੇ ਮੈਨੂੰ ਜਾਲੀ ਡਾਲੀ ਸੀ ਰਸੋਈ ਦੀ, ਫਿਰ ਮੈਨੂੰ ਇਹਦੇ ਨਾ ਸਾਂ ਜਿਹਾ ਘੁੱਟਣ ਲੱਗ ਗਿਆ ਅੰਦਰ, ਮੈਂ ਖੋਲ੍ਹ ਲਈ ਅਤੇ ਨਾਲ ਦੀ ਨਾਲ ਮੱਖੀਆਂ ਆ ਗਈਆਂ। ਤੇਰਾਂ ਪੋਚੇ ਲਾ ਕੇ ਸਵੇਰੇ ਸਾਰੀਆਂ ਕੱਢ ਲੈਣੀਆਂ, ਮਾੜਾ ਜਿਹਾ ਬਾਹਰ ਖੋਲ੍ਹਣ ਦਿੰਦੀਆਂ ਮੱਖੀਆਂ, ਉਹਦੀਆਂ ਆ ਜਾਂਦੀਆਂ ਨੇ। ਆਪਾਂ ਜ਼ਿਆਦਾ ਜ਼ੋਰ ਨਹੀਂ ਦੇਣਾ ਆਟੇ 'ਚ, ਪੋਲਾ ਪੋਲੇ ਜੀ ਰੱਖਣਾ ਗਾ। ਲਓ ਜੀ, ਆਪਾਂ ਜ਼ਿਆਦਾ ਆਪਾਂ ਹਜੇ ਆਟੇ ਨੂੰ ਨਹੀਂ ਸੇੜਦੇ, ਐਂ ਜੇ ਕਰਕੇ ਰੱਖਤਾ ਇਹਨੂੰ। ਆਪਾਂ 15 ਮਿੰਟ ਲਈ ਢੱਕ ਕੇ ਧਰਾਂਗੇ ਪੌਣੇ ਨਾਲ। ਅਤੇ ਆਹ ਸਮਾਨ ਤਾਂ ਮੈਂ ਥਾਲ ਦੇ ਦੇਣੀ ਆ, ਇੱਕ ਪੌਣਾ ਹੋਰ ਦੇ ਦੇਣੀ ਆ, ਦੁੱਧ ਵਾਧੂ ਹੈਗਾ, ਸਾਨੂੰ ਦੁੱਧ ਦੀ ਜ਼ਰੂਰਤ ਨਹੀਂ ਹੈਗੀ। ਚਲੋ ਜੀ, ਆਪਾਂ 15 ਮਿੰਟਾਂ ਬਾਅਦ ਮਿਲਦੇ ਹਾਂ। ਗਰਮ ਕਰ ਦਿਓ। ਲਓ ਜੀ, 15 ਮਿੰਟ ਹੋ ਗਏ ਨੇ, ਆਪਾਂ ਇੱਧਰ ਗਰਮ ਕਰ ਲਿਆ ਘਿਓ ਦੇਸੀ, ਨਾ ਫਰਿੱਜ ਦੇ ਵਿੱਚ ਜੰਮ ਜਾਣਾ ਜ਼ਿਆਦੇ। ਹੱਥ 'ਤੇ ਲਾ ਕੇ ਘਿਓ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਵੇਂ ਆਪਾਂ ਆਟੇ ਨੂੰ ਮੁੱਕੀ ਦਿੰਦੇ ਹੁੰਦੇ ਹਾਂ, ਦੇ ਦਾਂਗੇ ਹੁਣ ਜਿਹੜੀ ਸੂਜੀ ਆਪਣੀ ਵਧੀਆ ਫੁੱਲ ਗਈ ਹੈ। ਜੀ ਆਪਾਂ ਆਟੇ ਵਾਂਗੂ ਘਿਓ ਨਾਲ ਹੱਥ ਲਾ ਕੇ ਵਧੀਆ ਇਹਨੂੰ ਮੁੱਕੀ ਦੇ ਲਈਏਗੀ। ਇੱਧਰ ਦੇਖੋ ਕਿੰਨਾ ਵਧੀਆ ਹੋ ਗਿਆ ਆਪਣਾ ਆਟਾ, ਇਹਦੇ ਆਪਾਂ ਪੇੜੇ ਕਰ ਲੈਣੇ ਨੇ, ਕੋਈ ਇਹਨੂੰ ਆਪਾਂ ਪੜੇਥਣ ਨਹੀਂ ਲਾਉਣਾ, ਸੁੱਕਾ ਆਟਾ ਕੋਈ ਨਹੀਂ ਲਾਉਣਾ। ਇਹਦੇ ਜਿਹੜੇ ਆਪਾਂ ਪੇੜੇ ਕਰਨੇ ਨੇ ਮੋਟੇ ਮੋਟੇ ਕਰਾਂਗੇ। ਇੱਕ ਬਣ ਗਿਆ, ਦੋ, ਤਿੰਨ, ਚਾਰ, ਪੰਜ ਪੇੜੇ ਬਣ ਗਏ। ਆਪਾਂ ਪੇੜੇ ਕਰਕੇ ਪਰੋਟੀ ਵੇਲ ਲੈਣੀ ਹੈਗੀ। ਸੁੱਕਾ ਆਟਾ ਨਹੀਂ ਲਾਉਣਾ, ਬਸ ਘਿਓ ਹੀ ਲਾਉਣਾ ਹੈਗਾ। ਤੇ ਆਹ
अपना समान ढकया हुआ इधर इधर पानी चक ला चकले भी घ्यो ही लाना है तो रोटी सौखी वेली जाऊ अपनी बेलने भी घ्यो लावांगी जेडी देसी घ्यो चीज बढ़िया बनती है बहुत टेस्टी बनती है घर का घ्यो अपन कोई माड़ा नहीं देगा चाहे आप हाथ नाल भी दब के पा सकते हैं चाहे बेलने नाल भी इधर आप गैस चला लवेंगे तवा धर लवेंगे फिर अं सारे पंज पेड़ बन गए पंजे आप रोटियां बेल लेंगे जी ज्यादा पतली नहीं रोटी करनी अपने मड़िया भरमी भरमी रोटियां कर लिया जिमें आप गुड़ की चूरी कुटते होंगे कणक वास्ते असी सरदार जी वास्ते कुटी से एक दिन कुटी थी पर एक मैं खाते नहीं है मिठा चलो मूँ भी कुट लैने शौक वजो जिदे असी मिठी चूरी कुटी गुड़ दी शक्कर दी तो देसी घ्यो की आथन वेले जो सब्जी या दाल में या किसी सब्जी में जीना करे असं चूरी कुट लैने होंगे दुध ना वो खा लैने लो जी तवा अपना हो गया गर्म तो आपू कट कर लें कर कट करना गैस गैस कट करके अपने उत्ते भी घ्यो पा लेना आप जा रहे नहीं ये थले सेक करना सुखमा इतनी चिंता अपना मिशी को थल देना दब दब के पका लेना थोड़ा थोड़ा घ्यो ला लेना परौंठे पाके घ्यो लाना ज्यादा नहीं लाना सूजी फुल के बहुत वधिया होगी दो कौलियां पाइया से अपने सूजी दियाँ अद्धी खंड पैंदी है अपन पति भैणा आटे नूं अद्धा मिठा पैंदा गा आप इन्हें दूजी रोटी तैयार कर लैने लो जी इस तरह आप जारे सेक नहीं करना है थले दब दब के ना वधिया पका लेनी कच्ची नहीं रखनी है जी रोटी अपनी थली जानी है थल थल पका लेनी है चिमटे नाल दब दब के आप इधर इधरली रोटी तैयार कर देने इधर सेक लग जाने इधर ध्यान रखांगे जे रोटी आप ज्यादा सेक करांगे ये मचूगी तो क्योंकि फिर अपने जो लड्डू ने वधिया नहीं बनने है ये घर का बस आप ध्यान रखांगे लो जी अपनी एक रोटी बन गई है तो इस करके आप एवं जो कोई जिम्मे बनाई है तैयार करिए रोटी आप पंज रोटियां तैयार करके मिलते हैं सोनू हाँ जी अपन पंज रोटियां जीडिया ने बन गई ने बस ये रोटी एवं पकानी है जारे नहीं मचाउनी जो मचा ले जो रोटी सेक लग गया जारे दाग लग गए तो अपने जो लड्डू ने काले हो जाएंगे बुरखियां तोड़ के अपने मिक्सी वाले कप च पा लवेंगे इस तरह चलो जी आप ग्राइंड करके मिलते हैं इनू आप ग्राइंड करा ना वाला बरीक तो ना वाला मोटा अपने बत हिसाब का आप करा लो जी आप रोटियां तो जड़िया मिक्सी मैं ग्राइंड कर लिया ज्यादा बरीक भी नहीं करनिया ज्यादा मोटिया भी नहीं करनिया अपन दो कौलियां सी सूजी दियाँ तो फुल के अपना समाना जोड़ा इन्ना हो गया
ਤੇ ਆਪਾਂ ਇੱਕ ਕੌਲੀ ਪਾਵਾਂਗੇ ਇਹ ਚ ਖੰਡ ਦੀ। ਖੰਡ ਵੀ ਸਾਣੀ ਹੋਈ ਤੀ, ਸੂਜੀ ਵੀ ਸਾਣੀ ਹੋਈ ਤੀ ਗੀ। ਆਪਾਂ ਚੰਗੀ ਤਰ੍ਹਾਂ ਇਹ ਮਿਕਸ ਕਰ ਲੈਣੀ ਹੈਗੀ। ਜਦੋਂ ਲਿਆਉਣੀ ਆਪਾਂ ਖੰਡ ਜਾਂ ਸੂਜੀ, ਮੈਂ ਸਾਣ ਕੇ ਉਹਦੀ ਰੱਖ ਲੈਣੀ ਹੁੰਦੀ ਹੈਗੀ। ਚੰਗੀ ਤਰ੍ਹਾਂ ਆਪਾਂ ਪਹਿਲਾਂ ਚੀਨੀ ਮਿਲਿਆ ਤੀ, ਖੰਡ ਦੇਸੀ ਖੰਡ ਹੈ, ਹੁਣ ਪਾਵਾਂਗੇ ਇਹਦੇ ਵਿੱਚ ਕਾਜੂ ਬਦਾਮ ਮਗਜ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਇੰਨਾ ਕੁ ਇਲਾਇਚੀ ਪਾਊਡਰ ਅਤੇ ਆਪਾਂ ਇਹ ਸਾਰੇ ਸਮਾਨ ਨੂੰ ਮਿਕਸ ਕਰ ਲਿਆ ਗਾ। ਬਹੁਤ ਟਾਈਮ ਘੱਟ ਲੱਗਦਾ, ਖਰਚਾ ਵੀ ਜਿਵੇਂ ਘੱਟ ਆਉਂਦਾ ਇਹ 'ਤੇ, ਨਹੀਂ ਆਪਾਂ ਖੁਸ਼ ਹੋ ਕੇ ਖਾਂਦੇ ਹਾਂ। ਆਹ ਆਪਣਾ ਜੀ ਜਿਹੜਾ ਘਿਓ ਹੈ ਦੇਸੀ, ਕੜਛੀ ਕੁ ਪਏਗੀ। ਜੇ ਨਹੀਂ ਘਿਓ ਪਾਉਣਾ ਆਪਾਂ ਦੁੱਧ ਵੀ ਪਾ ਸਕਦੇ ਹਾਂ, ਜੇ ਉਬਾਲਿਆ ਹੋਇਆ ਦੁੱਧ ਵੀ ਪਾ ਸਕਦੇ ਹਾਂ ਇਹ 'ਚ। ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ। ਚੰਗੀ ਤਰ੍ਹਾਂ ਇਹ 'ਚ ਮਿੱਠਾ ਘਿਓ ਮਿਕਸ ਹੋ ਜੂਗਾ। ਲਓ ਜੀ, ਚੰਗੀ ਤਰ੍ਹਾਂ ਮਿਕਸ ਹੋ ਗਿਆ ਸਾਰਾ ਸਮਾਨ ਆਪਣਾ। ਦੇਖੋ ਜੀ, ਥੋੜ੍ਹੇ ਜਿਹੇ ਘਿਓ ਨਾਲ ਹੀ ਵਧੀਆ ਹੋ ਗਏ। ਜੇ ਤੁਹਾਨੂੰ ਐਂ ਲੱਗੇ ਵੀ ਜੁੜਦੇ ਨਹੀਂ ਹੈਗੇ, ਜਾਂ ਤਾਂ ਤੱਤਾ ਗਰਮ ਗਰਮ ਦੁੱਧ ਪਾ ਲਏ ਜਾਂ ਗਰਮ ਘਿਓ ਪਾ ਲਏ। ਆਹ ਦੇਖੋ ਆਪਣੇ ਲੱਡੂ ਬਹੁਤ ਨੇ ਜਿਹੜੇ ਬਹੁਤ ਵਧੀਆ ਹੋ ਗਏ ਨੇਗੇ। ਇਹਨਾਂ ਨੂੰ ਆਪਾਂ ਨੂੰ ਵੱਟ ਲੈਣੇ ਅਤੇ ਜਿਹੜੀ ਆਪਣੀ ਦੇਸੀ ਘਿਓ ਦੀ ਚੀਜ਼ ਬਣਦੀ ਉਹ ਬਹੁਤ ਵਧੀਆ ਬਣਦੀ ਹੈਗੀ। ਗੋਲ ਵੱਟ ਲੈਣੇ ਇੱਕ ਹੱਥ ਨਾਲ, ਮੈਨੂੰ ਗੋਲ ਲੱਡੂ ਨੂੰ ਵੱਟਣੇ ਆਉਂਦੇ। ਹਾਂਜੀ, ਲੱਡੂ ਆਪਣੇ ਬਣ ਕੇ ਤਿਆਰ ਨੇ। ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਖੋ ਜੀ, ਬਹੁਤ ਪੋਲੇ ਲੱਡੂ ਨੇ। ਬਰਮਜੋਤ ਨੇੜੇ ਕਰੀ। ਲਓ ਜੀ, ਬਹੁਤ ਪੋਲੇ ਲੱਡੂ ਨੇਗੇ। ਹਾਂਜੀ, ਤੁਹਾਨੂੰ ਅੱਜ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਅਤੇ ਅੱਗੇ ਸ਼ੇਅਰ ਕਰਿਓ। ਅੱਜ ਦੀ ਵੀਡੀਓ 'ਚ ਇੰਨੇ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।